ਆਮ ਗਿਵਿੰਗ ਯੂ ਅਨਦਰ ਐਗਜ਼ਾਮਪਲ ਜਦੋਂ ਮੈਂ ਇੱਥੇ ਆਇਆ 90s ਦੇ ਵਿੱਚ ਕੈਨੇਡਾ ਦੇ ਵਿੱਚ ਆਈ ਵਾਸ ਕਾਲਡ ਐਨ ਮੈਂ ਸਾਨੂੰ ਮੈਂ ਨਾਰਥ ਬੀਸੀ ਚ ਰਹਿੰਦਾ ਹੁੰਦਾ ਸੀਗਾ ਉੱਥੇ ਕਹਿੰਦੇ ਸੀ ਈਸਟ ਇੰਡੀਅਨ ਹਮ ਉਹਦੇ ਬਾਅਦ ਇੰਡੋ ਕੈਨੇਡੀਅਨ ਬਣਿਆ ਉਹਦੇ ਬਾਅਦ ਹੁਣ ਵੀ ਪ੍ਰਾਊਡਲੀ ਕਾਲ ਆਰਸੈਲਵ ਸਿੱਖ ਕਨੇਡੀਅਨ ਹਾਂਜੀ ਪਰ ਇੱਥੇ ਕੀ ਰੈਡੀਸ਼ਨ ਆ ਵੀ ਜਦੋਂ ਕਾਮਾਗਾਟਾ ਮਾਰੂ ਜਹਾਜ਼ ਆਇਆ ਹੈ ਨਾ ਉਦੋਂ ਆਪਾਂ ਅਖਬਾਰਾਂ ਕੱਢ ਕੇ ਦੇਖੀ ਉਹਦੇ ਚ ਆਪਾਂ ਨੂੰ ਹਿੰਦੂ ਸੱਦਿਆ ਹੋਇਆ ਯਾ ਉਹਦੇ ਚ ਬਾਅਦ ਚ ਜਦੋਂ ਸਾਡੇ ਤਾਇਆ ਜੀ ਆਏ ਨੇ ਉਦੋਂ ਅਸੀਂ ਪਾਕੀ ਬਣ ਗਏ ਫੇਰ ਈਸਟ ਇੰਡੀਅਨ ਹੋ ਗਏ ਫੇ ਇੰਡੋ ਕੈਨੇਡੀਅਨ ਹੋ ਗਏ ਹੁਣ ਮਸੀ ਬਾਗਰੂ ਦੀ ਮੇਰ ਹੋਈ ਆ ਵੀ ਸਿੱਖ ਕੈਨੇਡੀਅਨ ਪੰਜਾਬੀ ਕੈਨੇਡੀਅਨ ਮੁਸਲਮ ਕੈਨੇਡੀਅਨ ਇਦਾਂ ਹੋਏ ਆ ਅਸੀਂ ਹੂੰ